हेलो गाइस, की हाल चाल है तुहाडा? स्वागत है अमृतसर काइट लवर ते। अज अहीं पतंग उड़ाई आ, वैसे वो पेचे जा रहे पतंग ते, तां नहीं जल्दी वधाउने आ, दो मिनट रुक जो, उन्हां दी डोर पैणी साडे इधर ही, इस करके थोड़ी जी वेट करने आ। वो इधर वो पतंग वो पेचे लगे हुए ने जड़े, तां नहीं वधाउने आ, डोर इधर ही पैणी साडे इधर ही, तां करके थोड़ी घट लगी। ਕਿੰਨੇ ਦਿਨਾਂ ਬਾਅਦ ਤੇ ਹਵਾ ਚੱਲੀ ਪੂਰੀ ਓਕੇ ਆ, ਅੱਜ ਮਾਂ ਕਿਤੇ ਪਤੰਗਾ ਉੱਡਣ ਦੀ ਆ ਤਾਂ। ਜਾਊਗਾ ਪੇਚਾ ਸਾਡਾ ਉਹ ਵਾਲੀ ਪਤੰਗ ਨਾ, ਉਹ ਵੀ ਦਿਖਾ ਦਿਓ ਜੂਮ ਕਰਕੇ, ਉਹ ਵਾਲੀ ਪਤੰਗ ਨਾ ਪੇਚਾ ਜਾਣਾ ਹੁੰਦਾ। ਬਾਕੀ ਉਹ ਪਿੱਛੇ ਪਤੰਗਾਂ ਉੱਡਣ ਲੱਗੀਆਂ ਥੋੜ੍ਹੀਆਂ ਜਿਹੀਆਂ ਹੋਰ। ਉਹ ਪਤੰਗ ਦੇਖੋ ਕਿਹੜੇ ਧਿਆਨ ਹੈ, ਪੂਰੀ ਆ ਸਾਰੇ ਮਨ ਦੀ ਪੂਰੀ ਗੱਲਬਾਤ ਹੈਗੀ ਆ। ਵੈਸੇ ਪੱਧਰੀ ਕਾਈ ਸਟੋਰ 'ਤੇ ਲੈ ਗਿਆ ਮੈਂ, ਸਾਰਾ ਸਟੋਕ ਹੀ ਪੱਧਰੀ ਕਾਈ ਸਟੋਰ 'ਤੇ ਲੈ ਗਿਆ, ਜੋ ਵੀ ਜੋ ਨਾ ਇਸ ਕਰਕੇ ਦੱਸਣਾ ਪੈਂਦਾ ਸਾਨੂੰ ਜਦੋਂ ਮੈਂ ਕਹੂੰਗਾ। ਯਾਰ ਗੁੱਡੀ ਆਈ ਜਾਂਦੀ ਆ ਵਿੱਚ, ਬਸ ਹੋਰ ਨਹੀਂ ਕੋਈ ਗੱਲ, ਪੇਚਾ ਪੂਰਾ ਜਾਣਾ ਸੀ ਉਹ ਗੁੱਡੀ ਦਾ ਪੇਚਾ ਕਰਾਉਂਦੇ। ਪੇਚਾ ਐਡਾ ਵਧੀਆ ਹੋਣਾ ਸੀ, ਉਹ ਗੁੱਡੀ ਵਾਲਾ ਪੰਗਾ ਪਾਈ ਜਾਂਦਾ। Thank you.
ਇਤਨਾ ਲੰਬਾ ਹੋ ਜਾਂਦਾ ਇਸ ਕਰਕੇ ਯਾਰ ਜ਼ਿਆਦਾ ਵੀਡੀਓ ਨਹੀਂ ਬਣਾਈਆਂ ਹੁੰਦੀਆਂ ਦੇਖੋ ਉਹ ਪੇਚਾ ਸਾਡੇ ਲੰਬੇ ਹੋ ਜਾਂਦੇ ਆ ਖਾਸ ਕਰਕੇ ਪਤੰਗਾਂ ਦੇ ਅਤੇ ਜਾਂ ਪੌਣੀਆਂ ਦੇ ਇਸ ਕਰਕੇ ਨੋਰਮਲ ਜੀ ਕਈ ਵਾਰੀ ਵਿੱਚ ਪੋਜ਼ ਕਰਨੀ ਪੈਂਦੀ ਆਪਾਂ ਨੂੰ ਵੀਡੀਓ ਅਤੇ ਬਾਕੀ ਹਲੇ ਪੇਚਾ ਹੋਣ ਨਹੀਂ ਦਿਆ ਥੋੜ੍ਹਾ ਜਿਹਾ ਸਹੀ ਤਰੀਕੇ ਨਾਲ ਚੱਲ ਚਲੋ ਗਾਈਸ ਇੱਕ ਪਤੰਗ ਵਰਤੀ ਜੇ ਉਹ ਜਾਣਦੀ ਉਹ ਆਪਣੀ ਪਤੰਗ ਆ ਦੇਖ ਲਓ ਡੋਰ ਦੇ ਹਿਸਾਬ ਨਾਲ ਉਹ ਕਿੱਥੇ ਚਲ ਗਈ ਹੈ ਇਹ ਕਿੱਧਰ ਜਾ ਰਹੀ ਹੈ ਵੱਡੀ ਗਈ ਚਲੋ ਜੀ ਇੱਕ ਹੋਰ ਗਈ ਅੰਮ੍ਰਿਤਸਰ ਕਾਇਲ ਲੈਵਲ ਵਾਲੇ ਅੱਜ ਪੂਰੇ ਫੋਨ 'ਤੇ ਆ ਗਈ ਪਤੰਗ ਘਰੇ ਹੁਣ ਬਸ ਚੰਦਰਮਾ ਵੀ ਚੜ ਗਿਆ ਜੀ ਬਹੁਤ ਚੰਗਾ ਵੱਡੀਆਂ ਲਾ ਲਈਏ ਹੱਥ ਹੁੱਥ ਦਿਖਾ ਦਿਓ ਤੁਹਾਡੇ ਚੱਲ